ਇੱਧਰ ਹੁਣ ਬਣਾਉਣ ਲੱਗਦੇ ਹਾਂ ਜੀ ਘੀਆ ਦੇ ਕੋਫਤੇ। ਜੇ ਆਪਣੇ ਬਾਰ ਬਾਰ ਘੀਆ ਉਤਰਦੀ ਹੈ, ਘੀਆ ਖਾਣ ਨੂੰ ਮਨ ਨਹੀਂ ਕਰਦਾ, ਆਪਾਂ ਕੋਫਤੇ ਬਣਾ ਸਕਦੇ ਹਾਂ ਜੀ। ਇੱਕ ਘੀਆ ਲਈ ਆ, ਇਹਨੂੰ ਛਿੱਲ ਕੇ ਧੋ ਕੇ ਫਿਰ ਮੈਂ ਕੱਦੂਕਸ ਕਰ ਲੂੰਗੀ। ਕਰਕੇ ਕੱਦੂਕਸ ਜੀ ਬੇਸਣ ਲਿਆ, ਇਹਦੇ ਵਿੱਚ ਇਹ ਨਮਕ ਮਸਾਲੇ ਰਲਾ ਕੇ ਬੇਸਣ 'ਚ ਇਹਦੇ ਕੋਫਤੇ ਬਣਾਵਾਂਗੇ ਜੀ। ਫਿਰ ਇੱਧਰ ਤੇਲ ਪਾਇਆ ਪਿਆ ਕੜਾਹੀ 'ਚ, ਫਿਰ ਇਹ 'ਚ ਫਰਾਈ ਕਰ ਲਾਂਗੇ ਜੀ। ਉਸ ਤੋਂ ਬਾਅਦ ਆਪਾਂ ਸਬਜ਼ੀ ਬਣਾਵਾਂਗੇ। ਪਿਆਜ਼, ਟਮਾਟਰ, ਹਰੀ ਮਿਰਚ, ਅਦਰਕ ਲਿਆ ਮੰਮੀ, ਲਸਣ ਛਿੱਲ ਰਹੇ ਨੇ, ਅਤੇ ਉੱਧਰ ਹੋਰ ਨਮਕ ਮਿਰਚ ਟੇਸਟ ਅਕੋਰਡਿੰਗ ਪਾ ਕੇ ਟੇਸਟੀ ਜੀ ਸਬਜ਼ੀ ਬਣਾਵਾਂਗੇ ਜੀ ਕੋਫਤੇ। ਲਓ ਜੀ ਘੀਆ ਕੱਦੂਕਸ ਕਰ ਲਿਆ, ਅਤੇ ਹੁਣ ਆਪਾਂ ਇਹ ਬੇਸਣ ਦੇ ਵਿੱਚ ਪਾ ਦਾਂਗੇ ਜੀ, ਅਤੇ ਇਹਨੂੰ ਰਲਾ ਕੇ ਇਹਦੇ ਕੋਫਤੇ ਤਿਆਰ ਕਰ ਲਾਂਗੇ ਜੀ। ਮਿਕਸ ਇਹਨੂੰ ਮਿਕਸ ਕਰਕੇ ਬੇਸਣ ਅਤੇ ਘੀਆ ਨੂੰ। ਲਓ ਜੀ ਇੱਧਰ ਆਪਣਾ ਤੇਲ ਗਰਮ ਹੋ ਗਿਆ ਸੀਗਾ, ਆਪਾਂ ਨੇ ਇੱਕ ਪਾ ਕੇ ਦੇਖਿਆ, ਅਤੇ ਇੱਧਰ ਆਪਾਂ ਨੇ ਬੇਸਣ 'ਚ ਘੀਆ ਮਿਲਾ ਕੇ ਕੋਫਤੇ ਤਿਆਰ ਕਰ ਲਏ। ਐਵੇਂ ਗੋਲ ਗੋਲ ਜੀ ਸ਼ੇਪ 'ਤੇ ਨਹੀਂ ਜਾਣਾ ਚਾਹੀਦਾ ਜੀ, ਸ਼ੇਪ ਆਪਾਂ ਚਪਟੀ ਗੋਲ ਜੋ ਮਰਜ਼ੀ ਹੋਵੇ, ਟੇਸਟ ਉਹੀ ਹੋਣਾ ਚਾਹੀਦਾ। ਐਂ ਕਰਕੇ ਜੇ ਆਪਾਂ ਨੇ ਘੀਆ ਦੇ ਕੋਫਤੇ ਸਾਰੇ ਫਰਾਈ ਕਰ ਲੈਣੇ ਨੇ, ਅਤੇ ਉਸ ਤੋਂ ਬਾਅਦ ਇਹਦੀ ਸਬਜ਼ੀ ਬਣਾ ਲੈਣੀ ਹੈ ਜੀ, ਘੀਏ ਦੀ ਕੋਫਤੇ ਦੀ ਸਬਜ਼ੀ। ਲਓ ਜੀ ਇੱਧਰ ਕੋਫਤੇ ਬਣ ਰਹੇ ਨੇ, ਅਤੇ ਇੱਕ ਪਲੇਟ ਆਪਾਂ ਨੇ ਬਣਾ ਵੀ ਲਈ ਆ, ਅਤੇ ਦੇਖੋ ਆਪਾਂ ਨੇ ਗੋਲ ਕੋਫਤੇ ਬਣਾਏ ਸੀਗੇ, ਫਿਰ ਵੀ ਨਾ ਮੈਂ ਜਿਵੇਂ ਚਮਚੇ ਨਾਲ ਚੱਕ ਕੇ ਪਾਉਣ ਲੱਗੀ ਤਾਂ ਇਹਨਾਂ ਦੀ ਸ਼ੇਪ ਹੈ ਜਿਹੜੀ ਇਹ ਬਦਲ ਗਈ, ਕਿਉਂਕਿ ਜਿਹੜਾ ਆਪਣਾ ਮਟੀਰੀਅਲ ਸੀਗਾ ਖਾਸ ਟਿੱਪਾ, ਜਦੋਂ ਵੀ ਆਪਾਂ ਨੇ ਕੋਫਤੇ ਬਣਾਉਣੇ ਤਾਂ ਨਿਰਾ ਬੇਸਣ ਪਾਉਣਾ, ਬੇਸਣ ਤਕਰੀਬਨ ਕੈੜਾ ਨਹੀਂ ਹੁੰਦਾ, ਹਮੇਸ਼ਾ ਪੋਲਾ ਜਿਹਾ ਹੀ ਰਹਿੰਦਾ, ਅਤੇ ਟੇਸਟੀ ਜੇ ਬਣਦੇ ਨੇ। ਕਈ ਵਾਰ ਨਾ ਜੇ ਆਪਾਂ ਜਦੋਂ ਪਕੌੜੇ ਬਣਾਉਂਦੇ ਹਾਂ ਤਾਂ ਉਹ 'ਚ ਚਮਚਾ ਕਾਟੇ ਦਾ, ਮੈਦੇ ਦਾ, ਸੂਜੀ ਦਾ ਪਾ ਲੈਂਦਾ, ਪਰ ਇਹ 'ਚ ਨਹੀਂ ਪਾ ਸਕਦੇ ਜੀ ਆਟਾ ਵਗੈਰਾ, ਕਿਉਂਕਿ ਇਹ ਸਬਜ਼ੀ ਬਣਾਉਣੀ ਹੁੰਦੀ ਹੈ ਕੋਫਤਿਆਂ ਦੀ, ਫਿਰ ਤਰੀ ਦੇ ਵਿੱਚ ਆਟਾ ਘੁਲ ਜਾਂਦਾ, ਅਤੇ ਬੇਸਣ ਹੈ ਜਿਹੜਾ ਘੁਲਦਾ ਨਹੀਂ ਹੈਗਾ, ਤਾਂ ਕਰਕੇ ਆਪਾਂ ਨੇ ਕੋਫਤੇ ਬਣਾਉਣ ਲੱਗੇ ਪੂਰੇ ਬੇਸਣ ਦਾ ਹੀ ਇਸਤੇਮਾਲ ਕਰਨਾ, ਹੋਰ ਕੁਛ ਨਹੀਂ ਪਾਉਣਾ। ਅਤੇ ਜਦੋਂ ਮੈਂ ਚਮਚੇ ਨਾਲ ਚੱਕ ਕੇ ਪਾਏ ਨੇ, ਹੱਥ ਨਾਲ ਤਾਂ ਜ਼ਿਆਦਾ ਪੋਲੇ ਸੀਗੇ, ਤਾਂ ਇਹਨਾਂ ਦੀ ਸ਼ੇਪ ਹੈ ਜਿਹੜੀ ਦੇਖੋ ਕਿਵੇਂ ਦੀ ਹੋ ਗਈ। ਚਲੋ ਜੀ ਟੇਸਟ ਤਾਂ ਉਹੀ ਰਹੂਗਾ। ਫਿਰ ਹੁਣ ਆਪਣੇ ਕੋਫਤੇ ਤਿਆਰ ਨੇ, ਆਪਾਂ ਮਸਾਲਾ ਤਿਆਰ ਕਰਕੇ ਸਬਜ਼ੀ ਬਣਾਉਂਦੇ ਹਾਂ। ਲਓ ਜੀ ਜਦੋਂ ਆਪਾਂ ਨੇ ਇਹਨਾਂ ਨੂੰ ਕੱਢਣਾ ਹੈ, ਬਿਲਕੁਲ ਨਾ ਇਹਨਾਂ ਦਾ ਤੇਲ ਹੈ ਜਿਹੜਾ ਐਵੇਂ ਝਾੜਨੀ 'ਚ ਪਾ ਕੇ ਇੱਥੇ ਨਿਚੋੜ ਦੇਣਾ ਜੀ, ਇੱਥੇ ਬਿਲਕੁਲ, ਫਿਰ ਬਿਲਕੁਲ ਸੁੱਕੇ ਕਰਕੇ ਕੱਢਣੇ ਨੇ ਜੀ ਆਪਾਂ ਨੇ ਇਹ। ਅਤੇ ਹੁਣ ਆਪਣੇ ਸਾਰੇ ਕੋਫਤੇ ਤਿਆਰ ਨੇ, ਅਤੇ ਬਣਾਉਣ ਲੱਗਦੇ ਹਾਂ ਜੀ ਸਬਜ਼ੀ। ਲਓ ਜੀ ਮੈਂ ਵੀ ਹੁਣ ਐਵੇਂ ਸਬਜ਼ੀ ਬਣਾਉਣ ਲੱਗ ਗਈ, ਥੋੜ੍ਹਾ ਜਿਹਾ ਤੇਲ ਪਾਇਆ ਕੜਿਆ ਹੋਇਆ, ਅਤੇ ਵਿੱਚ ਪਾਇਆ ਜੀ ਆਪਾਂ ਨੇ ਹਲਦੀ ਔਰ ਜੀਰਾ, ਅਤੇ ਇਹਦੇ ਵਿੱਚ ਜਿਹੜਾ ਮਸਾਲਾ ਪੀਸਿਆ ਉਹ ਪਾ ਦੇਣਾ ਜੀ, ਅਤੇ ਹੁਣ ਚੰਗੀ ਤਰ੍ਹਾਂ ਭੁੰਨਣਾ ਆਪਾਂ ਨੇ ਮਸਾਲੇ ਨੂੰ, ਆਹ ਵੀ ਧੋ ਕੇ ਪਾ ਲਾਂਗੇ ਜੱਗ ਜਾ, ਅਤੇ ਫਿਰ ਜਮਾਂ ਹੀ ਭੁੰਨ ਕੇ ਫਿਰ ਇਹਦੇ ਵਿੱਚ ਕੌਲੀ 'ਚ ਪਾਣੀ ਵੀ ਪਾ ਦਾਂਗੇ, ਅਤੇ ਫਿਰ ਆਪਾਂ ਜਿਹੜੇ ਕੋਫਤੇ ਬਣਾਏ ਨੇ ਉਹ ਪਾ ਦਾਂਗੇ। ਇੱਕ ਹੀ ਆਪਦੇ ਕੋਫਤਿਆਂ ਦੀ ਸਬਜ਼ੀ ਹੈ ਜੀ, ਜੇ ਤੁਸੀਂ ਨੇ ਮਲਾਈ ਕੋਫਤਾ ਜੇ ਸਬ ਵੀਡੀਓ ਦੇਖਣੀ ਆ, ਉਹ ਤੁਸੀਂ ਈਜ਼ੀ ਕੁਕਿੰਗ ਮਾਸਟਰ ਐਂਡ ਪੰਜਾਬੀ ਕਲਚਰ 'ਚ ਪਿਛਲੇ ਸਾਲ ਵਾਲੀ ਮੈਂ ਵੀਡੀਓ ਬਣਾਈ ਸੀ, ਉਹ 'ਚ ਦੇਖ ਸਕਦੇ ਹੋ ਜੀ ਮਲਾਈ ਕੋਫਤੇ ਵਾਲੀ ਅਤੇ ਘੀਆ ਕੋਫਤਾ। ਲਓ ਜੀ ਮਸਾਲਾ ਭੁੱਜ ਰਿਹਾ, ਕੋਫਤੇ ਆਪਣੇ ਪਾਏ ਨੇ ਵਿੱਚ ਪਾ ਦਾਂਗੇ, ਨਾਲ ਦੀ ਨਾਲ ਜੀ ਮੈਂ ਹੋਰ ਵੀ ਕਈ ਕੰਮ ਕਰ ਲੈਂਦੀ ਹਾਂ। ਅੱਜ ਮੈਂ ਆਪਣਾ ਮਸਾਲਾ ਭੁੱਜਦਾ ਆਪਾਂ ਖੜ੍ਹੇ ਹਾਂ, ਖੜ੍ਹੇ ਖੜ੍ਹੇ ਆ ਦੇਖੋ ਆਪਾਂ ਨੇ ਲੱਸੀ ਬਣਾ ਲਈ ਗਾੜ੍ਹੀ ਜੀ, ਅਤੇ ਇਹ 'ਚ ਪਾਣੀ ਪਾ ਕੇ ਜੇ ਡੋਲੂ ਭਰ ਜੂਗਾ, ਨੀਰੀ ਦਹੀਂ ਹੈ ਜਿਹਦਾ ਆਪਾਂ ਨੇ ਮਿਕਸੀ 'ਚ ਇਹ ਬਣਾ ਲਈ ਜੀ ਲੱਸੀ ਰੋਟੀ ਨਾਲ ਪੀਣ ਵਾਸਤੇ। ਲਓ ਜੀ ਮਸਾਲਾ ਭੁੱਜ ਗਿਆ, ਹੁਣ ਪਾ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਦਾਂਗੇ, ਅਤੇ ਇਹਨੂੰ ਵੀ ਪਾਣੀ ਨੂੰ ਵੀ ਰਿੰਨ ਲਾਂਗੇ ਜੀ, ਫਿਰ ਇਹਦੇ ਵਿੱਚ ਆਪਾਂ ਕੋਫਤੇ ਪਾਵਾਂਗੇ, ਅਤੇ ਫਿਰ ਆਪਾਂ ਬਸ ਰਸ ਮਿਸੀ ਜੀ ਬਣਾਵਾਂਗੇ, ਨਾ ਵਾਹਲੀ ਪਤਲੀ ਨਾ ਗਾੜ੍ਹੀ। ਲਓ ਜੀ ਐਨ ਮਸਾਲੇ ਪਾਣੀ ਨੂੰ ਰਿੰਨ ਕੇ ਫਿਰ ਆਪਾਂ ਨੇ ਵਿੱਚ ਕੋਫਤੇ ਪਾਉਣੇ ਨੇ, ਅਤੇ ਬਸ 2 ਮਿੰਟ ਇਹਨਾਂ ਨੂੰ ਪਕਾਉਣਾ ਜੀ, ਕਿਉਂਕਿ ਇਹ ਫਰਾਈ ਹੋਏ ਵੇ ਨੇ, ਬਸ 2-3 ਮਿੰਟ ਲੱਗਣਗੇ ਇਹਨਾਂ ਨੂੰ ਵਿੱਚ ਮਿਕਸ ਹੋਣ ਨੂੰ, ਅਤੇ ਉਸ ਤੋਂ ਬਾਅਦ ਜੀ ਆਪਣੀ ਟੇਸਟੀ ਜੀ ਸਬਜ਼ੀ ਹੈ ਜਿਹੜੀ ਰਸਮੀ ਸੀ ਜੀ ਬਣ ਕੇ ਤਿਆਰ ਹੋ ਜੂਗੀ ਜੀ। ਜੇ ਕੋਫਤੇ ਖਾਣ ਨੂੰ ਮਨ ਕਰਦਾ ਤਾਂ 5 ਮਿੰਟ ਲੱਗਦੇ ਨੇ ਸਿਰਫ ਇਹਨੂੰ ਫਰਾਈ ਕਰਨ ਨੂੰ, 10-15 ਮਿੰਟ 'ਚ ਤਿਆਰ ਹੋਣ ਵਾਲੀ ਸਬਜ਼ੀ ਹੈ ਜੀ, ਸਭ ਤੋਂ ਜ਼ਿਆਦਾ ਟੇਸਟੀ। ਲਓ ਜੀ ਸਬਜ਼ੀ ਗਈ ਬਣ, ਇੱਧਰ ਆਪਾਂ ਨੇ ਗੈਸ ਕਰਤਾ ਬੰਦ, ਅਤੇ ਹੁਣ ਆਪਾਂ ਇਹਨੂੰ ਢੱਕ ਦਾਂਗੇ ਜੀ, ਫੁਲਕਾ ਕਰਨ ਲੱਗਿਆ ਤਿਆਰ, ਲੱਸੀ ਆਪਣੀ ਤਿਆਰ ਹੈ ਜੀ, ਫਿਰ ਛੱਕਦੇ ਹਾਂ ਗਰਮ ਗਰਮ ਪ੍ਰਸ਼ਾਦਾ। ਲਓ ਜੀ ਲੱਸੀ ਦਾ ਗਲਾਸ ਮਲਾਈ ਮਾਰ ਕੇ, ਆਪਾਂ ਨੇ ਬਹੁਤ ਗਾੜ੍ਹੇ ਦਹੀਂ ਦੀ ਲੱਸੀ ਬਣਾਉਂਦੇ ਹਾਂ ਜੀ ਆਪਾਂ, ਅਤੇ ਇੱਧਰ ਆਪਣੇ ਕੋਫਤਿਆਂ ਦੀ ਸਬਜ਼ੀ, ਘੀ ਪਾ ਕੇ ਨਾਲ ਅਚਾਰ ਵਗੈਰਾ, ਫੁਲਕਾ ਪ੍ਰਸ਼ਾਦਾ ਤਿਆਰ ਹੈ ਜੀ। ਪਹਿਲਾਂ ਪ੍ਰਸ਼ਾਦਾ ਛੱਕਦੇ ਹਾਂ ਜੀ, ਫਿਰ ਅੱਗੇ ਆਪਾਂ ਬਲੌਗ ਸ਼ੁਰੂ ਕਰਦੇ ਹਾਂ।
ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਪਿਆਰਾ ਜਿਹਾ ਗਿਫਟ ਦਿਖਾਉਂਦੀ ਹਾਂ, ਗੈਸ ਕਰਿਓ ਕਿ ਇਹ ਗਿਫਟ ਮੈਨੂੰ ਕਿਸ ਨੇ ਦਿੱਤਾ, ਫਿਰ ਆਪਾਂ ਇਹਨੂੰ ਪਾ ਕੇ ਵੀ ਦਿਖਾਵਾਂਗੇ ਜੀ। ਇਹ ਦੇਖੋ ਜੀ, ਪੁਰਾਣੇ ਜ਼ਮਾਨੇ ਦਾ ਨਾ ਘੱਗਰਾ ਹੈ, ਘੱਗਰਾ, ਅਤੇ ਜਿਹਨੂੰ ਹੁਣ ਆਪਾਂ ਸਕਲਟ ਕਹਿ ਕੇ ਪਾ ਸਕਦੇ ਹਾਂ, ਵਰਤ ਵੀ ਸਕਦੇ ਹਾਂ ਜੀ, ਹੁਣ ਵੀ ਵਰਤੋਂ 'ਚ ਆਉਣ ਵਾਲੀ ਚੀਜ਼ ਆ। ਅਤੇ ਇਹ ਨਾ ਮੈਨੂੰ ਮੇਰੇ ਨਾਨੀ ਸੱਸ ਨੇ ਦਿੱਤਾ ਸੀਗਾ। ਇਹਦੇ ਨਾਲ ਦਾ ਕਾਲੇ ਰੰਗ ਦਾ ਸਾਡਾ ਚਿਤਾਮਲੇ ਵੀ ਪਿਆ, ਜਦੋਂ ਗਏ ਉੱਥੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ। ਦੇਖੋ ਪਹਿਲਾਂ ਨਾ ਇਹ ਘੱਗਰੇ ਪਾਉਂਦੀਆਂ ਹੁੰਦੀਆਂ ਸੀਗੀਆਂ ਅਤੇ ਘੁੰਡ ਕੱਢ ਲੈਂਦੀਆਂ ਹੁੰਦੀਆਂ ਸੀਗੀਆਂ, ਲੇਡੀਜ਼ ਨੂੰ ਘੱਗਰਾ ਪਾਇਆ ਹੁੰਦਾ, ਉਹ ਘੁੰਡ ਕੱਢਿਆ ਹੁੰਦਾ, ਫੈਸ਼ਨ ਸੀਗਾ ਜੀ ਪਿੰਡਾਂ ਦੇ ਵਿੱਚ। ਅਤੇ ਦੇਖੋ ਹੁਣ ਇਹਦੇ ਐਵੇਂ ਦੇਖੋ ਬੈਲਟ ਲੱਗੀ ਹੋਈ ਆ, ਥੋੜ੍ਹੀ ਢਿੱਲੀ ਹੋ ਗਈ, ਅਤੇ ਵਿੱਚ ਨਾ ਇਹਦੇ ਆਹ ਦੇਖੋ ਤਣੀਆਂ ਲੱਗੀਆਂ ਹੋਈਆਂ ਨੇ, ਇਹ ਨਾ ਮਤਲਬ ਕਿ ਦੋਏ ਪਾਸੇ ਲੱਗੀਆਂ ਹੋਈਆਂ ਨੇ ਇਹ ਤਣੀਆਂ। ਇਹ ਨਾ ਨਾਲਾ ਪਾ ਕੇ ਕੱਸਿਆ ਜਾਂਦਾ ਸੀ ਜੀ, ਪਹਿਲਾਂ ਐਵੇਂ ਵੱਖ 'ਤੇ ਸਿੱਟਿਆ ਜਾਂਦਾ ਸੀ, ਇਹ ਆਏ ਸਾਈਡ 'ਤੇ ਆ ਜੂਗਾ ਐਵੇਂ, ਇੱਧਰ ਨਾ ਇੱਧਰ ਕੱਸ ਕੇ ਇੱਧਰ ਸਿੱਟ ਲੈਂਦੀਆਂ ਸੀਗੀਆਂ ਵੱਖੀ 'ਤੇ। ਅਤੇ ਦੇਖੋ ਕਿੰਨਾ ਜ਼ਿਆਦਾ ਚੌੜਾ, ਅਤੇ ਬਿਲਕੁਲ ਨਾ ਮੁਲਾਇਮ ਕੱਪੜੇ 'ਚ ਹੀ ਬਣਿਆ ਹੋਇਆ। ਜਿਹੜਾ ਨਾਨੀ ਜੀ ਦਾ ਬਲੈਕ ਕਲਰ ਦਾ ਘੱਗਰਾ, ਕਾਲਾ ਘੱਗਰਾ, ਉਹ ਵੀ ਜੀ ਬਿਲਕੁਲ ਕੋਟਨ 'ਚ ਬਣਿਆ ਹੋਇਆ, ਪਈ ਪਈ ਬੋਧੀ ਹੋ ਜਾਂਦੀ ਹੈ ਕੋਟਨ। ਅਤੇ ਕਲਰ ਦੇਖੋ ਕਿੰਨਾ ਵਧੀਆ, ਆਪਾਂ ਕਿਸੇ ਵੀ ਸ਼ਰਟ ਜਾਂ ਦੁਪੱਟਾ ਲੈ ਕੇ ਇਹਨੂੰ ਯੂਜ਼ ਕਰ ਸਕਦੇ। ਮੈਂ ਇਸ ਸੂਟ ਨਾਲ ਹੀ ਇਹਨੂੰ ਪਾ ਕੇ ਦਿਖਾਉਂਗੀ ਜੀ। ਦੇਖੋ ਤੁਹਾਨੂੰ ਕਿਵੇਂ ਦਾ ਲੱਗਦਾ ਆਪਣਾ ਇਹ ਘੱਗਰਾ। ਕਿੰਨਾ ਪਿਆਰਾ ਗਿਫਟ ਹੈ ਜਿਹੜਾ ਅੱਜ ਵੀ ਕੰਮ ਆ ਸਕਦਾ ਹੈ ਜੀ। ਅੱਜ ਇਹਨੂੰ ਆਪਾਂ ਘੱਗਰਾ ਕਹਿ ਕੇ ਨਹੀਂ, ਕੋਈ ਸਕਰਟ ਕੁਛ ਵੀ ਕਹਿ ਕੇ ਇਹਨੂੰ ਯੂਜ਼ ਕਰ ਸਕਦੇ। ਠੀਕ ਲੱਗੇ? ਹਾਂ ਹਾਂ ਲਓ ਜੀ, ਆਹ ਨਾਨੀ ਜੀ ਦਿੱਤਾ ਹੈ ਪਿਆਰਾ ਜਿਹਾ ਗਿਫਟ, ਤੁਹਾਨੂੰ ਕਿਵੇਂ ਦਾ ਲੱਗਿਆ? ਮੈਨੂੰ ਤਾਂ ਬਹੁਤ ਪਸੰਦ ਆਇਆ, ਕਿਉਂਕਿ ਇਹ ਬਿਲਕੁਲ ਹਲਕਾ ਪਿਆ। ਅਤੇ ਹੁਣ ਆਪਾਂ ਇਹਨੂੰ ਸ਼ਰਟ ਨਾਲ, ਟੀ ਸ਼ਰਟ ਨਾਲ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹਾਂ ਜੀ। ਅਤੇ ਜਦੋਂ ਨਾ ਅਸੀਂ ਚਿਤਾਮਲੇ ਰਹਿੰਦੇ ਸੀ ਪਹਿਲਾਂ ਨਾਨੀ ਜੀ ਕੋਲ, ਤਾਂ ਨਾਨੀ ਜੀ ਨੇ ਆਪਣੀ ਪੇਟੀ ਖੋਲ੍ਹੀ, ਉਹਦੇ ਵਿੱਚ ਨਾ ਉਹਨਾਂ ਨੇ ਦੋ ਤਿੰਨ ਉਹ ਦਿਖਾਏ ਗਰਾਰੇ ਜੇ, ਮਤਲਬ ਤੁਹਾਨੂੰ ਦੱਸਿਆ ਵੀ ਇੱਕ ਪਹਿਲਾਂ ਕਾਲਾ ਘੱਗਰਾ ਪਾਉਂਦੇ ਹੁੰਦੇ ਸੀਗੇ, ਕਾਲਾ ਘੱਗਰਾ ਵੀ ਹੈਗਾ, ਉਹਨੂੰ ਨਾਲਾ ਬੰਨਿਆ ਹੋਇਆ, 'ਚ ਪੱਟੀਆਂ ਲਾਈਆਂ ਹੋਈਆਂ ਨੇ, ਨਾਲਾ ਪਾਉਣ ਲਈ ਲਾਸਟਿਕ ਵੀ ਪਾਇਆ ਹੋਇਆ। ਅਤੇ ਇੱਕ ਹੋਰ ਸੀਗਾ, ਤਿੰਨ ਸੀਗੇ, ਇੱਕ ਤਾਂ ਭੈਣ ਦੀ ਬੇਟੀ ਲੈ ਗਈ ਸੀਗੀ, ਦੋ ਪਾਏ ਨੇ ਆਪਣੇ ਕੋਲ, ਜਦੋਂ ਕਦੇ ਫਿਰ ਚਿਤਾਮਲੇ ਗਏ ਫਿਰ ਤੁਹਾਨੂੰ ਉੱਥੇ ਦਿਖਾਵਾਂਗੇ ਜੀ। ਦੇਖੋ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਚੀਜ਼ ਦਾ 10-15 ਸਾਲ ਬਾਅਦ ਰਿਵਾਜ਼ ਆ ਜਾਂਦਾ। ਹੁਣ ਸਾਡੇ ਨਾਨੀ ਜੀ 98 ਸਾਲ ਦੇ, 100 ਸਾਲ ਦੇ ਨੇੜੇ ਹੋਣ ਵਾਲੇ ਹੋ ਗਏ ਸੀ ਜੀ, 98 ਸਾਲ ਦੀ ਉਮਰ 'ਚ ਉਹਨਾਂ ਦੀ 2 ਸਾਲ ਹੋਏ ਡੈਥ ਹੋਈ ਹੈ। ਅਤੇ ਦੇਖ ਲਓ ਉਸ ਸੰਨ ਦੇ ਵਿੱਚ 100 ਸਾਲ ਪਹਿਲਾਂ ਵੀ ਨਾ ਲੋਕ ਇਹ ਐਵੇਂ ਦੇ ਘੱਗਰੇ ਪਾਉਂਦੇ ਸੀ, ਜਿਹਨਾਂ ਨੂੰ ਆਪਾਂ ਲਹਿੰਗੇ, ਲਾਚੇ, ਸਕਰਟਸ ਕੋਈ ਵੀ ਨਾਮ ਦੇ ਸਕਦੇ ਹਾਂ। ਰਿਵਾਜ਼ ਨਾ ਵਾਰ ਵਾਰ ਆਈ ਜਾਂਦਾ। ਪਹਿਲਾਂ ਕਹਿੰਦੇ ਹੁੰਦੇ ਸੀ, ਕਹਿੰਦੇ ਜਿਹੜੇ ਨਾਨੀ ਜੀ ਦੱਸਦੇ ਹੁੰਦੇ ਸੀਗੇ, ਕਹਿੰਦੇ ਜਿਹੜੇ ਘੱਗਰੇ ਨਹੀਂ ਸੀ ਨਾ ਪਾਉਂਦੀਆਂ, ਵਿਆਹ 'ਚ ਕਾਲੇ ਰੰਗ ਦੇ ਘੱਗਰੇ ਪਾਉਂਦੇ ਸੀ, ਜਿਹੜੇ ਘੱਗਰਾ ਨਹੀਂ ਸੀ ਪਾਉਂਦੇ ਉਹਨੂੰ ਕਹਿੰਦੇ ਸੀ ਲੈ, ਨਹੀਂ ਤਾਂ ਕੋਈ ਫੈਸ਼ਨ ਨਹੀਂ ਕਰਿਆ। ਵੀ ਮੰਮੀ ਨਾਨੀ ਦੱਸਦੇ ਸੀ, ਕਹਿੰਦੇ ਐਵੇਂ ਮਿੱਟੀਆਂ ਗੁੰਦ ਲੈਣੀਆਂ, ਘੱਗਰੇ ਪਾ ਲੈਣੇ। ਰਿਵਾਜ਼ ਹੁਣ ਵੀ ਉਹੀ ਹੈ, ਹੁਣ ਅਗਲਾ ਬਿਊਟੀਸ਼ੀਅਨ ਤੋਂ ਤਿਆਰ ਹੋ ਜਾਂਦਾ। ਹਾਂ ਫਿਰ ਨਾ ਉਹੀ ਦੱਸਿਆ ਮੈਂ ਕਿਹਾ, ਇੱਧਰ ਨੂੰ ਨਾਲਾ ਕੱਢਦੇ ਸੀਗੇ ਘੱਗਰਾ ਉਹ ਕਰਕੇ, ਅਤੇ ਨਾਲੇ ਨਾ ਜੀ ਇਹ ਘੱਗਰਾ ਪਾ ਕੇ ਮਿੱਡੀਆਂ ਗੁੰਦ ਕੇ ਫਿਰ ਨਾ ਘੁੰਡ ਵੀ ਕੱਢਦੀਆਂ ਹੁੰਦੀਆਂ ਸੀਗੀਆਂ, ਘੁੰਡ ਕੱਢਦੀਆਂ ਹੁੰਦੀਆਂ ਸੀ ਉਹ ਘੱਗਰੇ ਪਾਉਂਦੀਆਂ ਸੀ। ਹਾਂ ਨਾਨੀ ਕਹਿੰਦੀ ਹਰ ਇੱਕ ਨੇ ਵਿਆਹ 'ਚ ਘੱਗਰਾ ਹੀ ਪਾਉਣਾ, ਹੁਣ ਜਿਵੇਂ ਆਪਾਂ ਕਹਿੰਦੇ ਹਾਂ ਵੀ ਲਹਿੰਗਾ ਪਾਉਣਾ ਹੈ, ਹੁਣ ਤੁਸੀਂ ਦੇਖ ਰਹੇ ਹੋ ਸਾਰਾ ਕੁਛ। ਹਾਂ ਮੈਨੂੰ ਇਹ ਨਾਨੀ ਜੀ ਵੱਲੋਂ ਮਿਲਿਆ ਹੋਇਆ ਗਿਫਟ ਹੈ ਜੀ, ਤਾਂ ਕਰਕੇ ਮੈਂ ਇਹਨੂੰ ਸੰਭਾਲ ਕੇ ਰੱਖਿਆ ਹੋਇਆ। ਕਦੇ ਕਦੇ ਨਾਈਟ ਯੂਜ਼ ਕਰਦੇ ਹਾਂ ਜੀ ਆਪਾਂ, ਵੀ ਪਾ ਲੈਂਦੇ ਹੁੰਦੇ ਨਹਾ ਕੇ, ਪਤਲਾ ਜਿਹਾ ਟੀ ਸ਼ਰਟ ਨਾਲ ਵੀ ਪੈ ਜਾਂਦਾ ਇਹ। ਠੀਕ ਹੈ ਜੀ, ਫਿਰ ਤੁਹਾਨੂੰ ਸਾਡਾ ਗਿਫਟ ਕਿਵੇਂ ਦਾ ਲੱਗਿਆ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਆਪਾਂ ਫਿਰ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ। ਉਸ ਤੋਂ ਪਹਿਲਾਂ ਅੱਜ ਸਵੇਰੇ ਤੁਹਾਨੂੰ ਦੱਸਿਆ ਆਪਾਂ ਨੇ ਬਣਾਏ ਸੀਗੇ ਜੀ ਘੀਆ ਦੇ ਕੋਫਤੇ, ਘੀਆ ਦੇ ਕੋਫਤੇ ਵੀ ਤੁਹਾਨੂੰ ਕਿਵੇਂ ਦੇ ਲੱਗੇ। ਅਤੇ ਜੇ ਤੁਸੀਂ ਨੇ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਜਦੋਂ ਮੈਂ ਬਣਾ ਰਹੀ ਸੀਗੀ, ਜੇ ਤੁਸੀਂ ਮਲਾਈ ਕੋਫਤਾ ਦੇਖਣਾ ਤਾਂ ਮੈਂ ਪਹਿਲਾਂ ਈਜ਼ੀ ਕੁਕਿੰਗ ਮਾਸਟਰ ਐਂਡ ਪੰਜਾਬੀ ਕਲਚਰ 'ਚ ਲੋਕਡਾਊਨ 'ਚ ਬਣਾਇਆ ਸੀ ਜੀ, ਉਹ ਤੁਸੀਂ ਉਸ ਵੀਡੀਓ 'ਚ ਪਿਛਲੇ ਸਾਲ ਵਾਲੇ 'ਚ ਜਾ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਫਿਰ ਆਪਾਂ ਹੋਰ ਵੀ ਕੰਮ ਕਾਰ ਕਰਨੇ ਨੇ, ਇੰਨਾ ਕੁ ਜਿਹੜਾ ਟਾਈਮ ਹੈ ਮੰਮੀ ਨਾਲ ਐਵੇਂ ਸਪੈਂਡ ਕਰਦੇ, ਫਿਰ ਇਹ ਜਿਹੜੀ ਤੁਹਾਨੂੰ ਦੱਸਿਆ ਵੀ ਮੰਮੀ ਦੀ ਤਬੀਅਤ ਵੀ ਠੀਕ ਰਹੂਗੀ ਜੀ, ਇੰਨਾ ਕੁ ਆਪਾਂ ਨੇ ਇੰਜੋਏ ਨਾ ਕਰਿਆ। ਸ਼ੁਗਰ ਮੇਲਾ ਕਹਿ ਦਿੰਦੇ ਨੇ।
ਬਹੁਤ ਠੀਕ ਲੱਗਦਾ। ਖੁਸ਼ ਹੈ ਗਰਮੀਆਂ 'ਚ ਤੰਦੂਰ ਕਰਨਾ ਅੰਦਰ। ਚਲੋ ਜੀ ਠੀਕ ਹੈ ਫਿਰ ਚੱਲਦੇ ਅੰਦਰ।